ਸੂਬੇ 'ਚ ਸਰਕਾਰ ਵੱਲੋਂ ਲਗਾਏ ਗਏ ਕਰਫਿਊ ਦੌਰਾਨ ਮੁਕੇਰੀਆਂ ਵਿਖੇ ਪਿਛਲੇ ਕਈ ਦਿਨਾਂ ਤੋਂ ਸ਼ੀਤਲਾ ਮਾਤਾ ਮੰਦਿਰ ਟਰੱਸਟ ਵੱਲੋਂ ਗਰੀਬ ਅਤੇ ਲੋੜਵੰਦ ਲੋਕਾਂ ਤੱਕ ਲੰਗਰ ਪਹੁੰਚਾਇਆ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ ਉਹਨਾਂ ਵੱਲੋਂ ਨਿਰੰਤਰ ਲੰਗਰ ਦੀ ਸੇਵਾ ਕੀਤੀ ਜਾ ਰਹੀ ਹੈ, ਜੋ ਕਿ ਆਉਣ ਵਾਲੇ ਦਿਨਾਂ 'ਚ ਵੀ ਜਾਰੀ ਰੱਖੀ ਜਾਵੇਗੀ। ਇਸ ਮੌਕੇ ਉਹਨਾਂ ਨੇ ਕੋਰੋਨਾ ਵਾਇਰਸ ਦੀ ਮਹਾਮਾਰੀ ਤੋਂ ਬਚਣ ਲਈ ਲੋਕਾਂ ਨੂੰ ਵੱਧ ਤੋਂ ਵੱਧ ਸਮਾਂ ਘਰਾਂ 'ਚ ਹੀ ਰਹਿਣ ਦੀ ਅਪੀਲ ਕੀਤੀ। ਮੁਕੇਰੀਆਂ ਤੋਂ ਹੁਸ਼ਿਆਰਪੁਰ ਨਿਊਜ਼ ਦੇ ਨਾਲ ਦਿਲਬਾਗ ਗੁਰਾਇਆ ਅਤੇ ਰਵਿੰਦਰ ਸਿੰਘ ਖਾਲਸਾ ਦੀ ਰਿਪੋਰਟ। ਮੇਰਾ ਨਾਂ ਅਜੇ ਕੁਮਾਰ ਗੋਰਾ। ਅਸੀਂ ਮੁਕੇਰੀਆਂ ਤੋਂ ਸ਼ੀਤਲਾ ਮਾਤਾ ਮੰਦਿਰ ਸੁਸਾਇਟੀ ਅਤੇ ਵੈਲਫੇਅਰ ਸੁਸਾਇਟੀ ਮੁਕੇਰੀਆਂ, ਸ਼ਿਵ ਭੋਲੇ ਲੰਗਰ ਸਮਿਤੀ ਮੁਕੇਰੀਆਂ ਦੇ ਸਹਿਯੋਗ ਦੇ ਨਾਲ ਇਸ ਦੁੱਖ ਭਰੀ ਘੜੀ ਦੇ ਵਿੱਚ ਸਾਰੇ ਹੀ ਨਗਰ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਲੰਗਰ ਦੀ ਸੇਵਾ ਪਿਛਲੇ ਐਤਵਾਰ ਤੋਂ ਸ਼ੁਰੂ ਕੀਤੀ ਆ। ਜਿਹੜੇ ਝੁੱਗੀ ਚੌਂਪੜੀ ਵਾਲੇ ਹੈਗੇ ਆ, ਗਰੀਬ ਆ, ਮਜ਼ਦੂਰ ਆ, ਜਿਨ੍ਹਾਂ ਦਾ ਰੋਜ਼ਾਨਾ ਹੀ ਦਿਹਾੜੀ ਦੇ ਉੱਤੇ ਆਪਣਾ ਦਾਰੋ ਮਦਾਰ ਸੀਗਾ, ਹੁਣ ਉਹਨਾਂ ਦੀ ਦਿਹਾੜੀਆਂ ਬੰਦ ਹੋ ਗਈਆਂ। ਲੰਗਰ ਦੀ ਸੇਵਾ ਮੰਦਰ ਵੱਲੋਂ ਕੀਤੀ ਜਾ ਰਹੀ ਹੈ ਕਿ ਕੋਈ ਵੀ ਆਪਣਾ ਵੀਰ ਭੈਣ ਭਰਾ ਸ਼ਾਮ ਨੂੰ ਭੁੱਖਾ ਨਾ ਸੋਵੇ। ਔਰ ਸਾਨੂੰ ਨਗਰ ਨਿਵਾਸੀਆਂ ਦਾ ਔਰ ਲੰਗਰ ਸਮਿਤੀਆਂ ਦਾ ਬਹੁਤ ਹੀ ਜ਼ਿਆਦਾ ਸਹਿਯੋਗ ਆ, ਜਿਨ੍ਹਾਂ ਨੇ ਸਾਨੂੰ ਤਨ ਮਨ ਧਨ ਦੇ ਨਾਲ ਹਰ ਇੱਕ ਚੀਜ਼ ਮੰਦਰ ਕਮੇਟੀ ਨੂੰ ਉਪਲਬਧ ਕਰਾਈ ਆ। ਔਰ ਖਾਸ ਤੌਰ 'ਤੇ ਪ੍ਰਸ਼ਾਸਨ ਨੇ, ਕਿਉਂਕਿ ਅਗਰ ਅਸੀਂ ਪ੍ਰਸ਼ਾਸਨ ਨੂੰ ਨਾ ਲਈਏ ਤੇ ਵਿਤਰਣ ਕਰਨਾ ਵੀ ਔਖਾ ਹੋ ਜਾਂਦਾ। ਜੈ ਮਾਤਾ ਦੀ। ਅਸੀਂ ਮੌਕੇ ਮੁਤਾਬਕ ਤਾਂ ਜੀ ਆਪਣਾ ਜੋ ਮੁਕੇਰੀਆ ਨਗਰ ਹੈਗਾ, ਕਿਉਂਕਿ ਇਹਦੇ ਵਿੱਚ ਵਾਰਡਾਂ ਕਾਫੀਆਂ ਹੈਗੀਆਂ, ਕਾਫੀ ਇਹਦਾ ਏਰੀਆ ਵਾ, ਇਹਦੇ ਵਿੱਚ ਜੋ ਵੀ ਝੁੱਗੀ ਝੌਂਪੜੀ ਵਾਲੇ, ਸਭ ਤੋਂ ਪਹਿਲਾਂ ਤਾਂ ਸਾਡਾ ਇਹੀ ਲਕਸ਼ਯ ਹੈਗਾ ਕਿ ਇਹਨਾਂ ਨੂੰ ਰੋਜ਼ ਰਾਸ਼ਨ ਪੱਕਾ ਵੀ ਪਜਾਇਆ ਜਾਵੇ ਔਰ ਕੱਚਾ ਵੀ ਪਜਾਇਆ ਜਾਵੇ। Are you ready to study? We have the Hoshiarpur's number one institute, well equipped labs with modern facilities. For more information, log on to www.hisexcellent.com. Admission open for the season 2021. His Excellent Institutes of Medical, Non-Medical and Commerce.